ਤੁਸੀਂ ਪੁੱਛਦੇ ਸੀ ਕੁਐਸਚਨਸ ਟੋਲ ਦੀ, ਤੁਸੀਂ ਕਿਹਾ ਮੈਂ ਉੱਥੇ ਹੈ ਨਹੀਂ ਸੀ, ਤੁਸੀਂ ਇਹੀ ਕਿਹਾ ਸੀ ਮੈਨੂੰ। ਤੁਸੀਂ ਦੱਸੋ ਕਿਹੜੀ ਟੋਲ ਆ, ਕਿਹੜੀ ਪੈਸੇਂਜਰ ਦੀ ਫੋਟੋ ਲੈਂਦੀ ਆ? ਮੈਂ ਤਾਂ ਕਦੇ ਦੇਖੀ ਨਹੀਂ, ਨਾ ਸਟੇਟਸ ਦੇ ਵਿੱਚ ਇੱਦਾਂ ਵਾ, ਨਾ ਇੰਡੀਆ ਦੇ ਵਿੱਚ ਇੱਦਾਂ ਵਾ। ਉਹ ਵੀ ਦੀਪ ਤਾਂ ਸਿਰਫ ਹੱਥ ਦੱਸਦਾ ਸੀ। ਮੈਂ ਥੱਲੇ ਪਈ ਸੀ ਸੀਟ ਬੈਕ ਕਰਕੇ, ਤਾਂ ਹੀ ਨਹੀਂ ਕੁਛ ਆਇਆ। ਈਵਨ ਦੈਨ ਪੈਸੰਜਰ ਦੀ ਫੋਟੋ ਨਹੀਂ ਲੈਂਦੇ ਟੋਲ? ਤੁਸੀਂ ਮੈਨੂੰ ਦੱਸ ਦਿਓ ਕਿੱਥੇ ਪੈਸੰਜਰ ਦੀ ਫੋਟੋ ਲੈਂਦੇ ਆ, ਤੇ ਹਾਂ ਮੈਂ ਮੰਨਦੀ ਹਾਂ। ਫਿਰ ਤੁਸੀਂ ਲਗੇਜ ਦਾ ਪੁੱਛਦੇ ਕਿੱਦਾਂ ਮੇਰਾ ਲਗੇਜ ਮਿਲਿਆ, ਆ ਮਿਲਿਆ, ਅੱਧਾ ਲਗੇਜ ਨਹੀਂ ਮੈਨੂੰ ਮਿਲਿਆ ਹਲੇ ਮਨਦੀਪ ਦੇ ਕੋਲ ਆ। ਲਕਲੀ ਮੇਰਾ ਪਾਸਪੋਰਟ ਉਦੋਂ ਮਿਲ ਗਿਆ ਸੀ, ਬਿਕਾਜ਼ ਮੈਂ ਉਹ ਭਾਈ ਨੂੰ ਕਹਿਤਾ ਸੀ ਅੱਗੇ ਸੀਟ ਦੇ ਕੋਲ ਆ ਕਿੱਥੇ ਹੋਰ ਮੇਰਾ ਸਮਾਨ ਸੀ। ਐਂਬੂਲੈਂਸ ਆਈ, ਮੈਂ ਐਂਬੂਲੈਂਸ ਦੇ ਵਿੱਚ ਸੀ। 30 ਮਿੰਟ ਦੇ ਬਾਅਦ ਦੀਪ ਨੂੰ ਲੈ ਕੇ ਆਏ ਕਾਫੀ ਪੀਪਲ, ਉਸੇ 7-8 ਪੀਪਲ ਦੀਪ ਨੂੰ ਫੜਿਆ ਸੀ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਦੀਪ ਠੀਕ ਆ? ਕਹਿੰਦੇ ਹਾਂ ਹਾਰਟਬੀਟ ਹੈਗੀ ਆ ਦੀਪ ਦੀ। ਮੈਂ ਕਿਹਾ ਓਕੇ, ਫਿਰ ਦੀਪ ਠੀਕ ਹੋਊਗਾ, ਪਰ ਮੈਂ ਕਿਹਾ ਮੈਂ ਨਹੀਂ ਦੇਖ ਸਕਦੀ ਦੀਪ ਨੂੰ ਇਦਾਂ, ਬਿਕਾਜ਼ ਕਾਫੀ ਬਲੱਡ ਸੀ ਉਹਦੇ ਉੱਪਰ। ਫਿਰ ਉਹਨਾਂ ਨੇ ਮੈਨੂੰ ਚੱਕ ਕੇ ਰੱਖਤਾ, ਦੂਸਰੀ ਕਿਹੜੀ ਐਂਬੂਲੈਂਸ ਹੈਗੀ ਸੀ। ਫਿਰ ਮੈਨੂੰ ਹੋਰ ਮੈਡੀਸਿਨ ਦੇ ਦਿੱਤੀ ਸੀ ਉਸ ਟਾਈਮ, ਬਿਕਾਜ਼ ਮੇਰੀ ਟੂਈ ਦੀ ਬਹੁਤ ਪੇਨ ਸੀ। ਦੋਨੇ ਅਸੀਂ ਗਵਰਨਮੈਂਟ ਹਾਸਪਿਟਲ, ਮੈਂ ਇੱਕ ਰੂਮ 'ਚ, ਦੀਪ ਦੂਸਰੇ ਰੂਮ 'ਚ। ਤੁਸੀਂ ਹੁਣ ਮੈਨੂੰ ਕਹਿੰਦੇ ਆ ਕਿ ਤੂੰ ਤਾਂ ਐਬਸੋਲੂਟ ਠੀਕ ਸੀ, ਤੂੰ ਤਾਂ ਉੱਥੇ ਫੋਨ ਤੇ ਲੱਗੀ ਸੀ, ਤੁਸੀਂ ਤਾਂ ਉੱਥੇ ਚਾਹ ਪੀਂਦੇ ਸੀ। ਤੁਸੀਂ ਹੁਣ ਸੁਣਨਾ ਹੋ, ਮੈਂ ਉਹ ਬੈੱਡ ਤੇ ਪਈ ਸੀ, ਮੈਂ ਮੇਰੀ ਫੈਮਿਲੀ ਦੇ ਨਾਲ ਗੱਲ ਕਰਦੀ ਸੀ ਕਿ ਮੇਰੀ ਜਾਨ, ਮੇਰੀ ਦੀਪ, ਮੇਰੀ ਕਿੱਥੇ ਆ। ਉਹ ਕਹਿੰਦੇ ਸੀ ਨਹੀਂ ਦੀਪ ਠੀਕ ਆ, ਬਿਕਾਜ਼ ਹਰੇਕ ਬੰਦਾ ਕਿਹੜਾ ਆਉਂਦਾ ਸੀ ਮੇਰੇ ਕੋਲ, ਦੀਪ ਦੇ ਫਰੈਂਡਸ, ਆਫਿਸਰ, ਕਿਹੜੇ ਵੱਡੇ ਆਫਿਸਰ ਆਏ ਸੀ, ਸਾਰੇ ਕਹਿੰਦੇ ਸੀ ਕਿ ਦੀਪ ਠੀਕ ਆ। ਹਾਂ ਮੇ ਬੀ ਉਸ ਟਾਈਮ ਉਹਨਾਂ ਨੇ ਮੈਨੂੰ ਕਿਹਾ ਸੀ, ਬਿਕਾਜ਼ ਮੈਂ ਨਹੀਂ ਗੁੱਡ ਕੰਡੀਸ਼ਨ ਦੇ ਵਿੱਚ ਸੀ। ਮੈਂ ਇਹੀ ਪੁੱਛਿਆ ਕਿ ਦੀਪ ਕਿੱਥੇ, ਦੀਪ ਕਿੱਥੇ, ਮੇਰਾ ਦੀਪ ਕਿੱਥੇ, ਠੀਕ ਆ ਠੀਕ ਆ? ਸਾਰਿਆਂ ਨੇ ਕਿਹਾ ਹਾਂ ਠੀਕ ਆ। ਮੈਨੂੰ ਨਹੀਂ ਪਤਾ ਸੀ ਉਹਦੀ ਡੈਥ ਹੋ ਗਈ, ਨਹੀਂ ਪਤਾ ਸੀ ਮੈਨੂੰ।